ਅਰੇ ਦਿਲ ਨਰਮ ਕਰ ਲੈ ਤਾਂ ਆਪਣੇ ਅੱਬੂ ਜੀ ਦੇ ਬਾਰੇ ਦਿਲ ਨਰਮ ਕਰ ਲੈ ਤੇ ਆਪਣੀਆਂ ਮਾਸੂਮ ਭੈਣਾਂ ਦੇ ਬਾਰੇ ਵੀ ਆਪਣਾ ਦਿਲ ਹੁਣ ਕੰਮ ਔਖਾ ਦੇ। ਇਹ ਗੱਲ ਬੜੀ ਔਖੀ ਹੈ ਤੇ ਬੜੀ ਕੌੜੀ ਹੈ। ਆਪਣੀਆਂ ਭੈਣਾਂ ਦੇ ਬਾਰੇ ਦਿਲ ਗੁੱਸਾ ਆਏ ਨਾ ਤੇਰੇ ਦਰਵਾਜ਼ੇ ਤੇ ਤੇਰੀ ਹਮਸ਼ੀਰਾ ਆਏ ਤੇ ਤੈਨੂੰ ਗੁੱਸਾ ਆਏ ਕਿਉਂ ਤੂੰ ਚੌਧਰੀ ਹੈ। ਮੈਂ ਸਦਕੇ ਜਾਂ ਇਸ ਕੌਮ ਤੋਂ, ਇੱਧਰ ਮੇਰੇ ਵਾਲੇ ਵੇਖੋ ਕਿਹ ਤੋਂ ਡਰਦੇ ਹੋ ਬੈ, ਇਸ ਕੌਮ ਨੇ ਕਸ਼ਮੀਰ ਆਜ਼ਾਦ ਖੇ ਕਰਾਉਣਾ। ਚਲੋ ਬਹਰਹਾਲ ਅੱਲਾ ਕਹਿ ਖੈਰ ਹੀ ਫਰਮਾਏ। ਓਏ ਆਪਣੇ ਬਾਪ ਦੇ ਬਾਰੇ ਵੀ ਮੁਆਫ਼ੀ ਦਾ ਜਜ਼ਬਾ ਤੇ ਆਪਣੀਆਂ ਭੈਣਾਂ ਦੇ ਬਾਰੇ ਵੀ ਜਜ਼ਬਾ ਮੁਆਫ਼ੀ ਦਾ। ਅਜੇ ਤੇ ਬੜੀਆਂ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਨੇ, ਥੱਕ ਤੇ ਨਹੀਂ ਨਾ ਗਏ ਮਾਸ਼ਾਅੱਲਾ। ਅੱਲਾ ਤੁਹਾਡੀਆਂ ਸਾਰੀਆਂ ਥਕਾਵਟਾਂ ਦੂਰ ਫਰਮਾ ਦੇ। ਅੱਲਾ ਤੁਹਾਡੇ ਗੁਨਾਹ ਆਪਣੇ ਫਜ਼ਲ ਨਾਲ ਨੇਕੀਆਂ ਬਣਾ ਦੇ। ਆਪਣੀਆਂ ਭੈਣਾਂ ਦੇ ਬਾਰੇ, ਮਾਸੂਮ ਭੈਣਾਂ ਜੇ ਦਰਵਾਜ਼ੇ 'ਤੇ ਆਈ ਹੈ ਨਾ ਤੇ ਆ ਕੇ ਕਹੇ ਭਾਈ ਹਿੱਸਾ ਚਾਹੀਦਾ, ਪੈਸੇ ਚਾਹੀਦੇ ਨੇ, ਜਿਹੜੀ ਮੇਰੀ ਜ਼ਮੀਨ ਬਣਦੀ ਹੈ ਦੇ ਦੇ। ਇੱਧਰ ਮੇਰੇ ਵੱਲ ਵੇਖਿਆ ਜੇ, ਐਡੇ ਮੂੰਹ ਨਾ ਬਣਾਇਆ ਕਰ, ਗਿੱਠ ਗਿੱਠ ਲੰਬੀਆਂ ਜ਼ੁਬਾਨਾਂ ਨਾ ਚਲਾਇਆ ਕਰ। ਅੱਲਾ ਦੇ ਬੰਦੇ, ਰੱਬ ਨੇ ਤੈਨੂੰ ਚਿਹਰਾ ਇਸ ਵਾਸਤੇ ਨਹੀਂ ਦਿੱਤਾ, ਮਾਲਕ ਸੋਹਣੇ ਨੇ ਜ਼ੁਬਾਨ ਇਸ ਵਾਸਤੇ ਅਤਾ ਨਹੀਂ ਫਰਮਾਈ ਕਿ ਤੂੰ ਭੈਣਾਂ ਦੇ ਬਾਰੇ ਨਾ ਜ਼ੇਬਾ ਕਲਿਮਾਤ ਅਦਾ ਕਰੇ, ਆਪਣੀਆਂ ਬੱਚੀਆਂ ਦੇ ਬਾਰੇ, ਦੁਲਾਦਾਂ ਵਾਲੇ ਉਹ ਬੇਟੀਆਂ ਦੇ ਬਾਰੇ ਆਪਣੇ ਤਖਯਲਾਤ ਤੇ ਖਿਆਲਾਤ ਤਬਦੀਲ ਕਰ ਲਓ। ਜੇ ਬਾਤ ਦੀ ਸਮਝ ਨਾ ਆਏ, ਸੁਨਨ ਤਿਰਮਜ਼ੀਏ, ਮੇਰੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾ ਅਲੈਹਿ ਸੱਲਮ ਤਸ਼ਰੀਫ ਫਰਮਾਨੇ ਮਸਜਿਦ ਨਬਵੀਏ, ਸੋਹਣਾ ਮਦੀਨਾ, ਪਿਆਰਾ ਮਦੀਨਾ, ਦਿਲਾਂ ਨੂੰ ਠੰਡਕ ਪਹੁੰਚਦੀ ਹੈ ਦਾ ਨਾਮ ਲਿਆ, ਵੇਖਿਆ ਅੱਖੀਆਂ ਨੂੰ ਜਨਾਬ ਰੋਸ਼ਨਾਈ ਮਿਲਦੀ ਹੈ, ਦਿਲ ਨੂੰ ਸਕੂਨ ਮਿਲਦਾ। ਨਬੀ ਅਲੀ ਸਲਾਮ ਤਸ਼ਰੀਫ ਫਰਮਾ ਨੇ, ਆਪ ਅਲੀ ਸਲਾਮ ਦੇ ਕਰੀਬ ਇੱਕ ਅਨਸਾਰੀ ਸਿਹਾਬੀ ਮੌਜੂਦ ਹੈ, ਨਬੀ ਅਲੀ ਸਲਾਮ ਦੇ ਨਾਲ ਮਹਿਵੇ ਗੁਫਤਗੂ ਹੈ, ਗੱਲਾਂ ਬਾਤਾਂ ਪਿਆ ਕਰਦਾ। ਮੇਰੇ ਪਾਕ ਪੈਗੰਬਰ ਅਲੀ ਸਲਾਮ ਇਹਦੇ ਨਾਲ ਬਾਤਾਂ ਕਰਦੇ ਨੇ ਪੈ, ਗੱਲਾਂ ਕਰਦੇ ਨੇ ਪੈ, ਤੇ ਫਿਰ ਮੇਰੀ ਮੁਹੱਬਤ 'ਤੇ ਗੌਰ ਕਰ, ਮੇਰੇ ਪਿਆਰ 'ਤੇ ਗੌਰ ਕਰ। ਇਹ ਜਿਹੜਾ ਸਿਹਾਬੀ ਮਸਜਿਦ ਨਬਵੀ ਬਹਿ ਕੇ ਨਬੀ ਅਲੀ ਸਲਾਮ ਦੇ ਪਾਕ ਚਿਹਰੇ ਦਾ ਦੀਦਾਰ ਕਰਦਾ, ਆਪ ਦੇ ਨਾਲ ਗੱਲਾਂ ਬਾਤਾਂ ਕਰਦਾ, ਤਾਂ ਅਗਰ ਮੈਂ ਇੰਜ ਕਵਾਂ ਤੇ ਬਾਤ ਗਲਤ ਨਹੀਂ ਤਾਂ ਜਿੰਨੇ ਬਜ਼ੁਰਗ ਜਵਾਨ ਬੂੜੇ ਬੈਠੇ ਹੋ, ਜਿਤਨੀਆਂ ਮੇਰੀਆਂ ਮਾਵਾਂ ਭੈਣਾਂ ਬੇਟੀਆਂ ਸੁਣ ਰਹੀਆਂ ਨੇ, ਇਹਨਾਂ ਦੀਆਂ ਸਾਰੀਆਂ ਇੱਜ਼ਤਾਂ, ਇਹਨਾਂ ਦੀਆਂ ਸਾਰੀਆਂ ਸ਼ਾਨਾਂ, ਇਹਨਾਂ ਦੇ ਸਾਰੇ ਵਕਾਰ ਇਕੱਠੇ ਕਰਕੇ ਮੈਂ ਉਸ ਸਿਹਾਬੀ ਦੀ ਜੁੱਤੀ ਦੀ ਖਾਕ ਤੋਂ ਕੁਰਬਾਨ ਕਰਦੇ ਹਾਂ ਕਿ ਅੱਲਾ ਦੀ ਕਸਮ ਹੱਕ ਅਦਾ ਨਹੀਂ ਹੋ ਸਕਦਾ। ਕਿਉਂ? ਉਹਦੇ ਨਿਗਾਹਾਂ ਉੱਠੀਆਂ ਨੇ, ਸਾਹਮਣੇ ਚਿਹਰਾ ਮੁਸਤਫਾ ਦਾ ਦਿਸੇ ਹੈ। ਅੱਲਾ ਨੇ ਜਹੰਨਮ ਦੀ ਅੱਗ ਨੂੰ ਉਹ ਸਿਹਾਬੀ 'ਤੇ ਆਪਣੀ ਰਹਿਮਤ ਨਾਲ ਹਰਾਮ ਕਰ ਛੜਿਆ। ਅਜ਼ਮਤ ਦੀ ਬਾਤ ਹੈ, ਸ਼ਾਨ ਦੀ ਬਾਤ ਹੈ, ਰਿਫਤ ਦੀ ਬਾਤ ਹੈ। ਨਬੀ ਅਲੀ ਸਲਾਮ ਨਾਲ ਗੱਲਾਂ ਬਾਤਾਂ ਕਰਦਾ, ਖੁਸ਼ ਨਸੀਬ